आठवें दिन भी जारी स्टाप रेल मूवमेंट सांसद गुरजीत सिंह औजला की किसानों की समस्या का समाधान करने के बजाय बदनाम करने की कोशिश की जा रही है किसान मजदूर संघर्ष कमेटी पंजाब प्रदेश महासचिव सरवन सिंह पंडेर प्रदेश नेता हरपी सिंह सिद्धवान सतनाम सिंह मनुचल ने प्रेस वार्ता करते हुए कहा कि अमृतसर से लोकसभा सदस्य गुरजीत सिंह ओजला ने कल किसानों को रेल रोको आंदोलन के बदनाम करने की कोशिश की है इसके विरोध में आज पूरे पंजाब में एमपी ओजला चन्नी सरकार और कांग्रेस अध्यक्ष की मूर्तियों फोक दी गई है स्टॉप रेल मूवमेंट के अलावा जिले में कई अन धरने चल रहे हैं

ਸਾਡੀ ਅੱਜ ਵੀ ਬੇਨਤੀ ਆ ਵੀ ਚੰਨੀ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰੇ ਅਸੀਂ ਜਲਦੀ ਤੋਂ ਜਲਦੀ ਰੇਲ 트랙 ਬਿਹਲਾਜ ਕਰਨਾ ਚਾਹੁੰਦੇ ਆ ਸੋ ਗਰਜੀਤ ਸਿੰਘ ਔਜਲਾ ਜਿਹੜਾ ਖਾਦ ਦੀ ਗੱਲ ਕਰਦਾ ਵਾ ਅੱਜ ਤੋਂ 7 ਦਿਨ ਪਹਿਲਾਂ ਵੀ 4 ਮਹੀਨੇ ਹੋ ਗਏ ਖਾਦ ਨਹੀਂ ਸੀ ਮਿਲਦੀ ਹੈਗੀ ਔਰ ਇਹ ਤੋਂ ਕਾਹ ਜਿੰਨਾ ਜ਼ਿਲ੍ਹਿਆਂ ਵਿੱਚ ਟ੍ਰੈਕ ਜਾਮਨੀ ਜਾਂ ਰਾਜਸਥਾਨ ਤੇ ਹਰਿਆਣੇ ਵਿੱਚ ਵੀ ਖਾਦ ਨਹੀਂ ਮਿਲਦੀ ਹੈਗੀ ਤੋਂ ਚੰਨੀ ਸਰਕਾਰ ਕੋ ਮੰਗਾ ਮੰਨਉਣ ਲਈ ਵੀ ਜਿਹੜੇ ਪੀੜਤ ਆਪਣਾ ਸ਼ਹੀਦ ਹੋਏ ਪਰਿਵਾਰ ਨੂੰ ਨੌਕਰੀਆਂ ਦਿੱਤੀਆਂ ਜਾਣ ਬਾਸਮਤੀ ਦਾ ਮੁਆਵਜ਼ਾ ਮਿਲੇ ਔਰ ਪੁਲਿਸ ਕੇਸ ਵਾਪਸ ਲਾਏ ਜਾਣ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਵੇ ਬੇਰਜਾਰੀ ਖਤਮ ਹੋਵੇ ਆਬਾਦ ਕਰਨ ਨੂੰ ਮਾਲਕੀ ਹੱਕ ਦਿੱਤੇ ਜਾਣ ਆਸ ਰੱਖਾਂਗੇ ਵੀ ਚੰਨੀ ਸਰਕਾਰ ਜਲਦ ਤੋਂ ਜਲਦ ਮਸਲੇ ਹੱਲ ਕਰਕੇ ਇਹ ਸਾਰੇ ਕੰਮ ਨੂੰ ਨੇਪੜੇ ਚਾਰੂਗੀ ਧੰਨਵਾਦ ਅੰਮ੍ਰਿਤਸਰ ਸੇ ਸੋਨਸੋੜੀ ਕੀ ਰਿਪੋਰਟ